ਹੈਲੋ ਐਂਡ ਵੈਲਕਮ ਟੂ ਵਿਜ਼ਨ ਪੰਜਾਬ ਟੀ ਵੀ ਕੈਨੇਡਾ ਦੇ ਸ਼ੋਅ ਚੱਲ ਰਿਹਾ ਦਿਲ ਦੀਆਂ ਗੱਲਾਂ, ਜਿਵੇਂ ਕਿ ਤੁਹਾਨੂੰ ਪਤਾ ਕਿ ਹਮੇਸ਼ਾ ਦੀ ਤਰ੍ਹਾਂ ਸ਼ੋਅ ਦੇ ਵਿੱਚ ਮੈਂ ਮੈਮ ਨੂੰ ਇੱਕ ਸਵਾਲ ਕਰਦਾ ਅਤੇ ਮੈਮ ਜਵਾਬ ਦਿੰਦੇ ਨੇ, ਪਰ ਅੱਜ ਇਸ ਤਰ੍ਹਾਂ ਨਹੀਂ ਹੋਏਗਾ। ਅੱਜ ਟੌਪਿਕ ਮੈਮ ਖੁਦ ਹੀ ਡਿਸਕਲੋਜ਼ ਕਰਨਗੇ। ਪਰੰਪਰਾ ਤੋੜਨ ਦਾ ਉਲੰਘਣ ਮੈਂ ਬਿਲਕੁਲ ਨਹੀਂ ਕਰੂੰਗਾ, ਇਸ ਲਈ ਮੈਂ ਸਵਾਲ ਕਰੂੰਗਾ ਮੈਮ ਅੱਜ ਦਾ ਟੌਪਿਕ ਕੀ ਹੈ। ਜੀ ਸੋ ਗਾਈਸ, ਅੱਜ ਦਾ ਜੋ ਟੌਪਿਕ ਹੈ ਔਰ ਅਭਿਸ਼ੇਕ, ਅੱਜ ਦਾ ਜੋ ਟੌਪਿਕ ਹੈ ਉਹ ਇੱਕ ਐਸੀ ਚੀਜ਼ ਹੈ, ਜਿੱਦਾਂ ਇਹ ਹਮੇਸ਼ਾ ਬੁਝਾ ਰੱਖਿਆ ਉਹਨਾਂ ਨੇ, ਮੈਂ ਵੀ ਬੁਝਾ ਰੱਖ ਪਾ ਰਹੀ ਹਾਂ। ਉਹ ਇੱਕ ਐਸੀ ਚੀਜ਼ ਹੈ ਜਿਹਨੂੰ ਬਿਲਡ ਕਰਦੇ ਹੋਏ ਬਹੁਤ ਟਾਈਮ ਲੱਗਦਾ ਹੈ, ਲੇਕਿਨ ਜਿਹਨੂੰ ਟੁੱਟਣ ਲੱਗੇ ਬਿਲਕੁਲ ਟਾਈਮ ਨਹੀਂ ਲੱਗਦਾ। ਆਈ ਨੋ ਕਿਆ ਹੈ, ਆਈ ਨੋ ਝੂਠ, ਟਰਸਟ। ਓ ਗੁੱਡ, ਵੈਰੀ ਗੁੱਡ। ਇਹਦਾ ਮਤਲਬ ਮੈਨੂੰ ਪਹਿਲੇ ਹੀ ਟੌਪਿਕ ਪਤਾ ਹੈ ਨਾ। ਨਹੀਂ ਨਹੀਂ ਨਹੀਂ, ਐਕਚੁਅਲੀ ਨਾ ਇਹ ਕੁਐਸਚਨ ਬਹੁਤ ਹੀ ਕਾਮਨ ਹੈ, ਤੁਸੀਂ ਕਿਸੇ ਦੇ ਮੂੰਹ ਵੀ ਸੁਣ ਲਓਗੇ ਨਾ, ਫਿਲਮਾਂ ਦੇ ਵਿੱਚ ਵੀ ਬੜੇ ਹੀ ਕਾਮਨ ਡਾਇਲੋਗ ਚੱਲਦੇ ਨੇ। ਤੁਸੀਂ ਕੋਈ ਫਿਲਮ ਦੇਖ ਲਓ, ਕੋਈ ਵੈਬ ਸੀਰੀਜ਼ ਦੇਖ ਲਓ, ਕਿਸੇ ਦੇ ਮੂੰਹ ਅੱਜ ਕੱਲ੍ਹ ਗੱਲ ਸੁਣਦੇ ਯਾਰ ਇਹਨੇ ਮੇਰਾ ਭਰੋਸਾ ਤੋੜਿਆ, ਯਾਰ ਇਹਨੂੰ ਬਿਲਡ ਕਰਦੇ ਬੜਾ ਟਾਈਮ ਲੱਗਾ, ਇਹਨੇ ਐਂ ਤੋੜਤਾ ਝੁਟਕਿਆਂ 'ਚ। ਸੋ ਕਾਮਨ ਜੀ ਗੱਲ ਹੀ, ਤੁਸੀਂ ਸਵਾਲ ਬੜਾ ਸਿੰਪਲ ਜਿਹਾ ਪੁੱਛਿਆ ਤਾਂ ਜਵਾਬ ਤੁਹਾਡੇ ਸਾਹਮਣੇ ਹੈ। ਬਿਲਕੁਲ, ਸੋ ਅੱਜ ਅਸੀਂ ਗੱਲ ਕਰਾਂਗੇ ਟਰੱਸਟ ਦੇ ਉੱਪਰ, ਅੱਜ ਅਸੀਂ ਗੱਲ ਕਰਾਂਗੇ ਭਰੋਸੇ ਦੇ ਉੱਪਰ, ਅੱਜ ਅਸੀਂ ਗੱਲ ਕਰਾਂਗੇ ਵਿਸ਼ਵਾਸਘਾਤ ਦੇ ਉੱਪਰ। ਇਟ ਇਜ਼ ਅ ਪਾਰਟ ਐਂਡ ਪਾਰਸਲ। ਸੋ ਟਰੱਸਟ ਐਂਡ ਭਰੋਸਾ ਤੋੜਨਾ, ਪਾਰਟ ਐਂਡ ਪਾਰਸਲ ਦੋਵੇਂ ਹੈਂਡ ਇਨ ਹੈਂਡ ਚੱਲਦੇ ਨੇ। ਬਹੁਤ ਸਾਰੇ ਲੋਕ ਹੌਲੀ ਹੌਲੀ ਕਰਕੇ ਟਰੱਸਟ ਬਣਾਉਂਦੇ ਨੇ, ਬਹੁਤ ਸਾਰੇ ਲੋਕ ਧੋਖਾ ਦੇ ਜਾਂਦੇ ਨੇ। ਸੋ ਧੋਖਾ ਖਾ ਕੇ ਹੀ ਇਨਸਾਨ ਨੂੰ ਅਕਲ ਆਉਂਦੀ ਹੈ, ਬਦਾਮ ਖਾ ਕੇ ਨਹੀਂ ਆਉਂਦੀ। ਇਹ ਬੜੇ ਸਾਰੇ ਵਹੀਕਲਸ ਦੇ ਪਿੱਛੇ ਲਿਖਿਆ ਦਿਖਦਾ ਹੈ, ਲੇਕਿਨ ਹਾਂ ਇਹਨੂੰ ਤੁਸੀਂ ਐਕਸਪੀਰੀਅੰਸ ਹੋ ਗਿਆ ਕਰਦੇ ਜਦੋਂ ਤੁਸੀਂ ਐਕਚੁਅਲੀ ਐਕਸਪੀਰੀਅੰਸ ਕਰਦੇ ਹੋ। ਅੱਛਾ, ਟਰੱਸਟ ਤੋਂ ਮੈਮ ਫਿਰ ਤੁਹਾਡਾ ਕੀ ਵਿਚਾਰ ਹੈ ਕਿ ਇਨਸਾਨ ਨੂੰ ਫਿਰ ਟਰੱਸਟ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ? ਬਿਲਕੁਲ ਕਰਨਾ ਚਾਹੀਦਾ, ਕਿਉਂ ਨਹੀਂ ਕਰਨਾ ਚਾਹੀਦਾ। ਆਈ ਰੀਅਲੀ ਫੀਲ ਕਿ ਇਨਸਾਨ ਨੂੰ ਟਰੱਸਟ ਜ਼ਰੂਰ ਕਰਨਾ ਚਾਹੀਦਾ, ਹਰ ਕਿਸੇ ਨੂੰ ਬੈਨੀਫਿਟ ਆਫ ਡਾਊਟ ਜ਼ਰੂਰ ਦੇਣਾ ਚਾਹੀਦਾ। ਤੁਸੀਂ ਜਿਹੜੇ ਸਾਹਮਣੇ ਵਾਲੇ ਤੋਂ ਉੱਪਰ ਟਰੱਸਟ ਕਰਦੇ ਹੋ, ਆਈ ਥਿੰਕ ਕਿਤੇ ਨਾ ਕਿਤੇ ਹੀ ਹੈਜ਼ ਦੈਟ ਥਿੰਕ ਕਿ ਹਾਂ ਸਾਹਮਣੇ ਵਾਲਾ ਮੇਰੇ 'ਤੇ ਟਰੱਸਟ ਕਰ ਰਿਹਾ, ਮੈਨੂੰ ਉਹਦੇ ਟਰੱਸਟ ਨੂੰ ਤੋੜਨਾ ਨਹੀਂ ਚਾਹੀਦਾ। ਲੇਕਿਨ ਅਗੇਨ ਆਈ ਵਿਲ ਟੈਲ ਯੂ ਦੈਟ ਡੋਂਟ ਬੀ ਸੋ ਸੌਫਟ ਹਾਰਟਡ, ਇੰਨਾ ਜ਼ਿਆਦਾ ਬਲਾਇੰਡ ਫੇਥ ਨਾ ਕਰੋ। ਫੇਥ ਕਰੋ ਪਰ ਬਲਾਇੰਡ ਫੇਥ ਨਾ ਕਰੋ, ਕਿਉਂਕਿ ਜਦੋਂ ਅਸੀਂ ਬਲਾਇੰਡ ਫੇਥ ਕਰਦੇ ਹਾਂ ਸਾਹਮਣੇ ਵਾਲਾ ਉਸ ਬਲਾਇੰਡ ਫੇਥ ਦਾ ਫਾਇਦਾ ਚੁੱਕ ਲੈਂਦਾ, ਦੈਨ ਯੂ ਗੈਟ ਰੀਅਲੀ ਰੀਅਲੀ ਹਰਟ। ਤੇ ਮੈਮ ਫਿਰ ਕਿੱਦਾਂ ਪਤਾ ਕਿੱਦਾਂ ਲੱਗਦਾ ਕਿ ਟਰੱਸਟ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ? ਮੈਨੂੰ ਤਾਂ ਲੱਗ ਰਿਹਾ ਮੈਂ ਐਕਸਪਰਟ ਹਾਂ ਟਰੱਸਟ ਦੇ। ਹਾਂ ਮੈਮ, ਫਿਰ ਕਿੱਦਾਂ ਕਰਨਾ ਚਾਹੀਦਾ? ਨਹੀਂ ਨਹੀਂ, ਤੁਸੀਂ ਇੰਨੀ ਡਿਟੇਲ ਨਾਲ ਬੋਲਦੇ ਪਏ ਹੋ, ਮੈਨੂੰ ਕੁਝ ਸਿੱਖਣ ਨੂੰ ਮਿਲੇਗਾ ਤੁਹਾਡੇ ਤੋਂ। ਨਹੀਂ ਨਹੀਂ, ਤੁਸੀਂ ਦੱਸੋ, ਤੁਸੀਂ ਟਰੱਸਟ ਕਰਦੇ ਹੋ ਲੋਕਾਂ? ਨਹੀਂ ਬਿਲਕੁਲ, ਟਰੱਸਟ ਤੋਂ ਬਿਨਾਂ ਦੁਨੀਆ ਨਹੀਂ ਚੱਲ ਸਕਦੀ। ਇਹ ਤਾਂ ਬਹੁਤ ਹੀ ਬੇਸਿਕ ਜੀ ਕਾਮਨ ਜੀ ਗੱਲ ਹੈ ਕਿ ਟਰੱਸਟ ਕਰਾਂਗੇ ਤਾਂ ਹੀ ਕੋਈ ਫਾਇਦਾ ਹੋਗਾ। ਕੋਈ ਤੁਸੀਂ ਚਾਹੇ ਟੀਚਰ ਸਟੂਡੈਂਟ ਦੀ ਐਗਜ਼ਾਮਪਲ ਲੈ ਲਓ ਜਾਂ ਹਸਬੈਂਡ ਵਾਈਫ ਦੀ ਐਗਜ਼ਾਮਪਲ ਲੈ ਲਓ, ਟਰੱਸਟ ਦੇ ਸਿਰ 'ਤੇ ਹੀ ਦੁਨੀਆ ਚੱਲਦੀ ਹੈ। ਅਸੀਂ ਆਪਣੀ ਗੱਲ ਕਰੀਏ, ਮੈਂ ਆਪਣੇ ਕੋ ਐਂਕਰ ਦੀ ਗੱਲ ਕਰਿਆ ਤਾਂ ਅਸੀਂ ਮੇਰੇ ਖਿਆਲ ਇੱਕ ਟਰੱਸਟ ਦੇ ਨਾਲ ਹੀ ਅਸੀਂ ਸ਼ੋਅ ਕਰਦੇ ਹਾਂ, ਟਰੱਸਟ ਹੁੰਦਾ ਤਾਂ ਹੀ ਅਸੀਂ ਗੱਲਬਾਤ ਕਰਦੇ ਹਾਂ। ਐਮ ਆਈ ਰਾਈਟ? ਦੈਟਸ ਰੀਅਲੀ ਰਾਈਟ। ਲੇਕਿਨ ਆਈ ਫੀਲ ਜਦੋਂ ਤੁਸੀਂ ਟਰੱਸਟ ਦੀ ਗੱਲ ਕੀਤੀ, ਮੈਂ ਉਹਦਾ ਪਾਰਟ ਐਂਡ ਪਾਰਸਲ ਜਦੋਂ ਮੈਂ ਕਿਹਾ ਸੀਗਾ ਉਹਦੇ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਵਟ ਯੂ ਵਾਂਟ ਟੂ ਸੇ ਕਿ ਜਦੋਂ ਕੋਈ ਤੁਹਾਡਾ ਟਰੱਸਟ ਬ੍ਰੇਕ ਕਰਦਾ ਹੈ, ਹਾਊ ਡਸ ਇਟ ਫੀਲ? ਇਹ ਤਾਂ ਜਿਹਦਾ ਬ੍ਰੇਕ ਹੋਇਆ ਹੋਵੇ ਉਹਨੂੰ ਹੀ ਪਤਾ ਹੋਊਗਾ। ਨਹੀਂ ਇਹ ਤਾਂ ਦੇਖੋ, ਟਰੱਸਟ ਟੁੱਟਣ ਦੀ ਜੇ ਮੈਂ ਗੱਲ ਕਰਾਂ ਤਾਂ ਮੈਂ ਬਚਪਨ ਦੀ ਐਗਜ਼ਾਮਪਲ ਦਊਂਗਾ। ਬਚਪਨ 'ਚ ਅਸੀਂ ਯਾਰ ਦੋਸਤ ਗਲੀ 'ਚ ਖੇਡਦੇ ਸੀ ਅਤੇ ਅਸੀਂ ਲੁਕਣ ਮੀਚੀ ਖੇਡਦੇ ਸੀ, ਹਾਈਡ ਐਂਡ ਸੀਕ। ਅਤੇ ਮੈਂ ਜਦੋਂ ਮੇਰੀ ਵਾਰੀ ਆਉਂਦੀ ਸੀ, ਮੈਂ ਨਾ ਉਹਨੂੰ ਇਸ਼ਾਰਾ ਕਰ ਦਿੰਦਾ ਸੀ, ਯਾਰ ਮੈਂ ਤੈਨੂੰ ਨਹੀਂ ਲੱਭੂੰਗਾ, ਮੈਨੂੰ ਦੱਸਦੀ ਪਹਿਲਾਂ ਮੈਂ ਕਿਹਨੂੰ ਲੱਭਣਾ, ਹੌਲੀ ਜਿਹੀ ਇਸ਼ਾਰਾ ਕਰਦੀ, ਠੀਕ ਹੈ ਨਾ? ਤਾਂ ਠੀਕ ਹੈ, ਠੀਕ ਹੈ ਕਰ ਦੂੰਗਾ। ਅਤੇ ਜਦੋਂ ਮੇਰੀ ਵਾਰੀ ਹੈ, ਮੈਂ ਉਹਦੇ ਕੋਲ ਗਿਆ, ਪੁੱਛਿਆ ਕਿੱਥੇ? ਕਹਿੰਦਾ ਮੈਂ ਨਹੀਂ ਦੱਸਣਾ, ਜਾ ਭੱਜ ਜਾ, ਤੂੰ ਉਹਨੇ ਮੇਰਾ ਟਰੱਸਟ ਤੋੜਿਆ। ਉਹ ਤੋਂ ਮੈਂ ਵੀ ਕਿਹਾ, ਮੈਂ ਕਿਹਾ ਐਕਸਪ੍ਰੈਸ, ਮੈਂ ਸਗੋਂ ਉਹਨੂੰ ਫੜ ਲਿਆ। ਸੋ ਗੱਲ ਇਹ ਹੁੰਦੀ ਕਿ ਚਲੋ ਆਮ ਜੇ ਆਪਣੇ ਯਾਰਾਂ ਦੋਸਤਾਂ ਦੀ ਗੱਲ ਕਰੀਏ ਤਾਂ ਫਿਰ ਛੋਟਾ ਛੋਟਾ ਇੰਨਾ ਕਦੇ ਹਸੀ ਮਜ਼ਾਕ 'ਤੇ ਚੱਲਦਾ ਹੀ ਆ। ਬਾਕੀ ਜੇ ਤੁਸੀਂ ਕਰੋ ਟਰੱਸਟ ਟੁੱਟਣ ਦੀ ਗੱਲ,
ਉਹ ਤੇ ਫਿਰ ਜਿਹਦਾ ਟੁੱਟਿਆ ਹੋਵੇ ਉਹੀ ਜ਼ਿਆਦਾ ਜਾਣ ਸਕਦਾ ਹੈ। ਤੁਹਾਡਾ ਜੇ ਤਾਜ਼ਾ ਤਾਜ਼ਾ ਟੁੱਟਿਆ ਤੁਸੀਂ ਦੱਸ ਸਕਦੇ ਹੋ? ਨਹੀਂ ਨਹੀਂ ਮੇਰਾ ਇਹਦਾ ਆਈ ਹੈਵ ਨੈਵਰ ਐਕਸਪੀਰੀਅੰਸਡ ਇਟ ਪਰਸਨਲੀ, ਮੈਨਾਂ ਕਦੇ ਇਹਦਾ ਕੋਈ ਐਕਸਪੀਰੀਅੰਸ ਹੋਇਆ ਨਹੀਂ ਹੈ, ਲੇਕਿਨ ਆਈ ਹੈਵ ਪੀਪਲ ਜਿੱਦਾਂ ਯੂ ਨੋ ਆਪਣੇ ਆਲੇ ਦੁਆਲੇ ਅਸੀਂ ਬਹੁਤ ਚੀਜ਼ਾਂ ਐਕਸਪੀਰੀਅੰਸ ਕਰਦੇ ਹਾਂ। ਜ਼ਰੂਰੀ ਨਹੀਂ ਹਰ ਵਾਰੀ ਆਪਣਾ ਹੀ ਨੁਕਸਾਨ ਕਰਕੇ ਬੰਦੇ ਨੇ ਗੱਲ ਸਿੱਖਣੀ ਹੈ, ਕਿਸੇ ਦਾ ਸਾਹਮਣੇ ਵਾਲੇ ਦਾ ਜੇ ਨੁਕਸਾਨ ਹੋ ਰਿਹਾ ਉਹ 'ਚ ਵਿੱਚ ਤੁਸੀਂ ਕੁਝ ਸਿੱਖ ਰਹੇ ਹੋ, ਦੈਟ ਇਜ਼ ਆਲਸੋ ਸਾਈਨ ਆਫ ਬ੍ਰਿਲੀਅੰਟ। ਜ਼ਰੂਰੀ ਨਹੀਂ ਹੁੰਦਾ ਆਪ ਹੀ ਜਦੋਂ ਤੱਕ ਧੱਕਾ ਨਾ ਲੱਗੇ ਉਹ ਤਾਂ ਗੱਲ ਪਤਾ ਨਹੀਂ ਲੱਗਣੀ। ਸੋ ਇਹ ਚੰਗੇ ਲੋਕਾਂ ਦੀ ਨਿਸ਼ਾਨੀ ਹੁੰਦੀ ਜਿਹੜੇ ਜਲਦੀ ਇਹ ਚੀਜ਼ਾਂ ਗ੍ਰੈਸਪ ਕਰ ਲੈਂਦੇ ਨੇ ਵੀ ਜੇ ਤੁਹਾਡੇ ਆਲੇ ਦੁਆਲੇ ਵੀ ਕੋਈ ਐਸੀ ਚੀਜ਼ ਹੋ ਰਹੀ ਉਹਨੂੰ ਉੱਤੋਂ ਹੀ ਸਿੱਖੋ। ਹੁਣ ਫੋਰ ਐਗਜ਼ਾਮਪਲ ਤੁਸੀਂ ਸ਼ੋਅ ਦੇਖ ਰਹੇ ਹੋ, ਜੇ ਸਾਡੇ ਐਕਸਪੀਰੀਅੰਸ ਤੋਂ ਵੀ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਤਾਂ ਉਦੋਂ ਤੋਂ ਹੀ ਸਿੱਖੋ। ਜੇ ਅਸੀਂ ਹੁਣ ਮੈਂ ਟਰੱਸਟ ਟੁੱਟਣ ਦੀ ਗੱਲ ਕਰ ਰਹੀ ਆਪਣੀ ਐਕਸਪੀਰੀਅੰਸ ਦੀ ਗੱਲ ਦੱਸਾਂ ਤੁਹਾਨੂੰ, ਤੇ ਮੇਰੀ ਇੱਕ ਲਾਈਕ ਆਈ ਹੈਵ ਅ ਫਰੈਂਡ, ਉਹਦੇ ਨਾਲ ਇੱਦਾਂ ਹੋਇਆ ਦੋ ਤਿੰਨ ਵਾਰੀ ਯੂ ਨੋ ਜੋ ਲਵ ਰਿਲੇਸ਼ਨਸ਼ਿਪਸ, ਉਹਦੇ ਨਾਲ ਨਹੀਂ ਹਰ ਵਾਰੀ ਉਹਦੀ ਗੱਲ ਬਣਦੀ, ਵਿਚਾਰੇ ਨੇ ਕਿੰਨੀ ਵਾਰੀ ਕੋਸ਼ਿਸ਼ ਕਰ ਲਈ ਹੈ ਪਰ ਨਹੀਂ ਬਣਦੀ ਗੱਲ, ਕਦੀ ਕੋਈ ਟਰੱਸਟ, ਕਦੀ ਉਹ ਕਿਸੇ ਦਾ ਤੋੜ ਦਿੰਦੀ, ਕਦੀ ਕੋਈ ਉਹਦਾ ਟਰੱਸਟ ਤੋੜ ਦਿੰਦਾ। ਸੋ ਦਿਸ ਵੇ ਐਵਰੀ ਟਾਈਮ ਯੂ ਨੋ ਸ਼ੀ ਥਿੰਕਸ ਸ਼ੀ ਇਜ਼ ਅ ਫੇਲੀਅਰ, ਹੈ ਨਾ, ਫੇਲ ਹੋ ਜਾਂਦਾ ਬੰਦਾ। ਸੋ ਆਈ ਫੀਲ ਉਦੋਂ ਬੰਦਾ ਬੜਾ ਡੀਮੋਟੀਵੇਟ ਹੁੰਦਾ, ਬੰਦਾ ਲੱਗਦਾ ਕਿ ਯਾਰ ਮੈਂ ਨਾ ਮੈਂ ਕਿਸੇ ਦਾ ਟਰੱਸਟ ਕਰ ਸਕਦਾ, ਨਾ ਕੋਈ ਮੇਰੇ 'ਤੇ ਟਰੱਸਟ ਕਰਦਾ। ਇਵੈਂਚੁਅਲੀ ਯੂ ਡੋਂਟ ਹੈਵ ਐਨੀ ਸ਼ੋਲਡਰ ਟੂ ਲੀਨ ਆਨ, ਤੁਹਾਡੇ ਕੋਲ ਕੋਈ ਸਹਾਰਾ ਨਹੀਂ, ਕੋਈ ਮੋਢਾ ਨਹੀਂ ਜਿਹਨੂੰ ਤੁਸੀਂ ਸਿਰ ਰੱਖ ਕੇ ਤੁਸੀਂ ਰੋ ਸਕੋ। ਸੋ ਬਹੁਤ ਜ਼ਰੂਰੀ ਹੈ ਕਿ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਐਸਾ ਪਰਸਨ ਤਾਂ ਜ਼ਰੂਰ ਹੀ ਹੋਏ ਜਿਹਦੇ ਉੱਤੇ ਤੁਸੀਂ ਫੇਥ ਕਰ ਦਿਓ ਅਤੇ ਜੋ ਤੁਹਾਡੇ ਉੱਤੇ ਫੇਥ ਕਰਦਾ, ਕਿਉਂਕਿ ਬਹੁਤ ਥੋੜ੍ਹੇ ਲੋਕ ਰਹਿ ਗਏ ਨੇ ਜੋ ਤੁਹਾਡੀ ਗੱਲ ਸੁਣਨਗੇ, ਜੋ ਤੁਹਾਡੀ ਗੱਲ ਸੁਣ ਕੇ ਉਹਨੂੰ ਸਮਝਣ ਦੀ ਵੀ ਕੋਸ਼ਿਸ਼ ਕਰਨਗੇ। ਸੋ ਜੇ ਤੁਹਾਡੀ ਜ਼ਿੰਦਗੀ 'ਚ ਐਸਾ ਕੋਈ ਇਨਸਾਨ ਹੈ ਤਾਂ ਪੂਰੀ ਕੋਸ਼ਿਸ਼ ਕਰੋ ਕਿ ਤੁਸੀਂ ਉਹਨਾਂ ਨੂੰ ਸਾਂਭ ਕੇ ਰੱਖੋ ਅਤੇ ਉਹਨਾਂ ਦੇ ਉੱਪਰ ਜਿਹੜਾ ਫੇਥ ਹੈ ਉਹਨੂੰ ਬਣਾਓ, ਅਤੇ ਜੇ ਉਹਨਾਂ ਨੇ ਤੁਹਾਡੇ ਉੱਪਰ ਫੇਥ ਕੀਤਾ ਤਾਂ ਉਹਨੂੰ ਵੀ ਟੁੱਟਣ ਨਾ ਦਿਓ, ਬਿਕੋਜ਼ ਅਗੇਨ ਆਈ ਸੇ ਇਹਨੂੰ ਟੁੱਟਣ ਲੱਗੇ ਬਹੁਤ ਥੋੜ੍ਹਾ ਸਮਾਂ ਲੱਗਦਾ। ਵਾਓ 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 ਵਾਓ, ਕਿੰਨਾ ਕੁਝ ਸਿੱਖਣ ਨੂੰ ਮਿਲਦਾ ਮੈਮ ਤੁਹਾਡੇ, ਥੈਂਕ ਯੂ। ਵੈਸੇ ਟਰੱਸਟ ਦੀ ਤੁਸੀਂ ਗੱਲ ਕੀਤੀ ਸੀ ਕਿ ਬੰਦਾ ਡੀਮੋਟੀਵੇਟ ਹੋ ਜਾਂਦਾ, ਬਿਲਕੁਲ ਸਹੀ ਕਿਹਾ। ਮੇਰੇ ਖਿਆਲ ਟਰੱਸਟ ਤੋਂ ਬਿਨਾਂ ਨਾ ਕੋਨਫੀਡੈਂਸ ਹੀ ਨਹੀਂ ਆਉਂਦਾ ਕਿਸੇ ਕੋਲ। ਮੈਂ ਆਪਣੀ ਰੀਸੈਂਟਲੀ ਖੁਦ ਦੀ ਐਗਜ਼ਾਮਪਲ ਦੇਵਾਂ, ਅਤੇ ਐਕਚੁਲੀ ਮੈਂ ਜਿੱਥੇ ਪਹਿਲਾਂ ਜੋਬ ਕਰਦਾ ਸੀ ਤਾਂ ਮੇਰੇ ਜਿਹੜੇ ਸਰ ਸੀ, ਮੈਂ ਨਾਮ ਨਹੀਂ ਲਊਂਗਾ ਉਹਨਾਂ ਦਾ, ਤਾਂ ਉਹ ਜਦੋਂ ਮੈਨੂੰ ਕੋਈ ਕੰਮ ਦਿੰਦੇ ਸੀ ਨਹੀਂ ਦਿੰਦੇ ਸੀ ਇੱਦਾਂ ਕੁਛ ਹੁੰਦਾ ਸੀ, ਤਾਂ ਮੈਨੂੰ ਖੁਦ ਨੂੰ ਡੀਮੋਟੀਵੇਸ਼ਨ ਹੁੰਦੀ ਸੀ ਕਿ ਯਾਰ ਇਹ ਮੈਨੂੰ ਕਿਉਂ ਨਹੀਂ ਕੋਈ ਕੁਛ ਕਹਿ ਰਿਹਾ, ਕੋਈ ਕੰਮ ਹੁੰਦਾ ਮੈਨੂੰ ਦੱਸੋ ਮੈਂ ਕੇਸ ਵਾਸਤੇ ਹਾਂ। ਸੋ ਇੱਕ ਦਿਨ ਮੈਂ ਉਹਨਾਂ ਨੂੰ ਪੁੱਛ ਲਿਆ, ਮੈਂ ਕਿਹਾ ਸਰ ਤੁਸੀਂ ਮੇਰੇ 'ਤੇ ਟਰੱਸਟ ਕਰਦੇ ਹੋ ਜਾਂ ਨਹੀਂ? ਸੋ ਉਹਨਾਂ ਨੂੰ ਮੇਰੇ ਕੋਲ ਦੇਣ ਵਾਸਤੇ ਕੋਈ ਜਵਾਬ ਨਹੀਂ ਸੀ। ਉਸ ਦਿਨ ਮੈਨੂੰ ਪਤਾ ਲੱਗਾ ਯਾਰ ਇਹ ਇਨਸਾਨ ਮੇਰੇ 'ਤੇ ਟਰੱਸਟ ਨਹੀਂ ਕਰਦਾ, ਫਿਰ ਇੱਥੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈ, ਤਾਂ ਕਿ ਉਹ ਜਿਹੜਾ ਮੇਰਾ ਅਤੇ ਉਹਨਾਂ ਦਾ ਜਿਹੜਾ ਰਿਲੇਸ਼ਨ ਹੈ ਨਾ ਉਹ ਅੱਗੇ ਨਹੀਂ ਵੱਧ ਪਾਇਆ, ਨਾ ਪਰਸਨਲੀ ਨਾ ਪ੍ਰੋਫੈਸ਼ਨਲੀ। ਸੋ ਫਿਰ ਮੇਰੇ ਲਈ ਇਹ ਚੰਗਾ ਕਿ ਮੈਂ ਉਹ ਜੋਬ ਛੱਡਦਾ, ਉਹ ਕੰਮ ਛੱਡਦਾ, ਅਤੇ ਦੈਨ ਫਿਰ ਆਪਾਂ ਅੱਗੇ ਵੱਧ ਗਏ। ਰਾਈਟ, ਬਿਲਕੁਲ ਸਹੀ ਕਿਹਾ ਤੁਸੀਂ। ਅੱਛਾ, ਟਰੱਸਟ ਤੋੜਨ ਦਾ ਤੁਹਾਨੂੰ ਕੀ ਲੱਗਦਾ, ਕੀ ਕਾਰਨ, ਇੱਕ ਇਨਸਾਨ ਜੋ ਕਿਸੇ ਦਾ ਟਰੱਸਟ ਤੋੜ ਰਿਹਾ ਉਹਦੇ ਕੋਲ ਕੀ ਰੀਜ਼ਨ ਹੋਏਗਾ ਟਰੱਸਟ ਤੋੜਨ ਦਾ? ਦੇਖੋ ਜੀ, ਮੈਂ ਤੇ ਕਦੀ ਕਿਸੇ ਦਾ ਤੋੜਿਆ ਨਹੀਂ, ਜੇ ਮੈਂ ਤੋੜਿਆ ਹੁੰਦਾ ਸ਼ਾਇਦ ਦੱਸ ਦਿੰਦਾ। ਨਹੀਂ, ਐਜ਼ ਮੈਂ ਪਹਿਲੇ ਕਿਹਾ ਆਪਾਂ ਐਕਸਪੀਰੀਅੰਸ ਤੋਂ ਬਹੁਤ ਕੁਝ ਸਿੱਖਦੇ ਆਲੇ ਦੁਆਲੇ ਲੋਕਾਂ ਕੋਲ, ਮੈਂ ਤਾਂ ਸੀਰੀਅਲ ਫਿਲਮਾਂ ਚੋਂ ਬੜਾ ਕੁਝ ਸਿੱਖਦੇ ਹਾਂ। ਜੇ ਸਿੱਖਣਾ ਹੋਏ ਨਾ ਤਾਂ ਆਪਾਂ ਹਰ ਜਗ੍ਹਾ ਤੋਂ, ਹਰ ਇਨਸਾਨ ਤੋਂ, ਹਰ ਚੀਜ਼ ਤੋਂ ਸਿੱਖ ਸਕਦੇ ਹਾਂ। ਹਾਂ, ਦੇਖੋ ਕੀ ਹੁੰਦਾ ਕਿ ਹਰ ਇੱਕ ਦੇ ਸਰਕਮਸਟਾਂਸਿਸ ਹੋਰ ਹੁੰਦੇ ਨੇ। ਕੋਈ ਵੀ ਇਨਸਾਨ ਜਿਹੜਾ ਕਿ ਤੁਸੀਂ ਹੋ ਜਾਂ ਮੈਂ ਹੋ ਜਾਂ ਕੋਈ ਵੀ ਦੁਨੀਆ 'ਚ, ਅਸੀਂ ਸਾਰੇ ਸੇਮ ਨਹੀਂ ਆ। ਹਰ ਇੱਕ ਦੇ ਜਿਹੜੇ ਸਰਕਮਸਟਾਂਸਿਸ, ਆਪਣਾ ਲਾਈਫ ਸਟਾਈਲ, ਹਰ ਇੱਕ ਹਿਊਮਨ ਬੀਂਗ ਵੱਖਰਾ ਹੈ। ਸੋ ਜਿੱਦ ਤੱਕ ਮੇਰਾ ਮੰਨਣਾ ਹੈ, ਜੇ ਤੁਹਾਡੇ ਨਾਲ ਕੋਈ ਕੁਛ ਇੱਦਾਂ ਦਾ ਕਰਦਾ ਹੈ, ਤੁਸੀਂ ਕਿਸੇ 'ਤੇ ਟਰੱਸਟ ਕੀਤਾ, ਤੁਹਾਡਾ ਟਰੱਸਟ ਟੁੱਟ ਗਿਆ, ਤਾਂ ਲੀਵ ਇਟ, ਕੋਈ ਗੱਲ ਨਹੀਂ, ਸਮਝੋ ਦੀ ਮਜਬੂਰੀ ਸੀ। ਯੈਸ, ਲੀਵ ਇਟ, ਹਾਊ ਕੈਨ ਸਮਨ, ਕੀ ਕਹਿ ਰਹੇ ਹੋ ਤੁਸੀਂ, ਹਾਊ ਕੈਨ ਸਮਨ ਲੀਵ ਇਟ, ਮਤਲਬ ਕਿ ਇੱਦਾਂ ਕਿੱਦਾਂ ਕੋਈ, ਇੱਕ ਤੇ ਕਿਸੇ ਦਾ ਦਿਲ ਟੁੱਟਾ, ਇੱਕ ਤੇ ਕੋਈ ਹਰਟ ਹੋਇਆ, ਇੱਕ ਤੇ ਉਹਦਾ ਫੇਸ ਟੁੱਟਾ, ਉਪਰੋਂ ਉਹ ਲੀਵ ਇਟ ਕਰਦੇ? ਆਈ ਕਾਂਟ ਰੀਅਲੀ ਗੋ ਵਿਦ ਦੈਟ। ਮੈਂ ਦੱਸਦਾ ਨਾ, ਇਹਦੇ ਪਿੱਛੇ ਵੀ ਕੀ ਹੁੰਦਾ, ਜਿਹੜੇ ਸਿਆਣੇ ਲੋਕ ਹੁੰਦੇ ਨੇ ਨਾ, ਹੁਣ ਤੁਸੀਂ ਮੈਨੂੰ ਸਿਆਣਾ ਨਾ ਸਮਝਿਓ, ਕਿਵੇਂ ਹੈ ਜੀ, ਮੇਰੇ ਖਿਆਲ ਮੈਂ ਨਾ ਬੜਾ ਸ਼ਾਂਤੀ ਪਸੰਦ ਇਨਸਾਨ ਹਾਂ। ਮੈਨੂੰ ਜਦੋਂ ਲੱਗਦਾ ਨਾ ਕਿ ਯਾਰ ਚੱਲ ਕੋਈ ਨਹੀਂ ਧੱਕਾ ਹੋ ਗਿਆ ਇੱਥੋਂ ਆ ਹੋ ਗਿਆ, ਅਤੇ ਮੈਂ ਕਹਿੰਦਾ ਚੱਲ ਯਾਰ ਉਹ ਜਾਣ। ਬੜੇ ਪੁਰਾਣੀ ਕਹਾਵਤ ਆ, ਜਦੋਂ ਮਤਲਬ ਕਈ ਕਵਿਤਾਵਾਂ ਦੇ ਵਿੱਚ ਵੀ ਆਪਾਂ ਪੜ੍ਹ ਸਕਦੇ, ਕਹਾਣੀਆਂ ਪੰਜਾਬ ਦੀ ਜਿਹੜੀ ਬੜੀ ਪੁਰਾਣੀ ਕਹਾਵਤ ਆ ਕਿ ਜਦੋਂ ਕੁਛ ਹੋ ਜਾਏ ਨਾ ਜਾਂ ਕੁਛ ਵੀ ਹੋ ਜਾਏ ਤਾਂ ਲੋਕ ਕੀ ਕਰਦੇ, ਰੱਬ 'ਤੇ ਬੜਾ ਯਕੀਨ ਕਰਦੇ। ਉਹ ਕਹਿੰਦੇ ਉਹ ਜਾਣ, ਉਹ ਜਾਣ, ਜਿੱਦ ਤੱਕ ਮੇਰਾ ਖਿਆਲ ਹੈ ਉਹ ਕਹਿੰਦੇ ਵੀ ਚੱਲ ਰੱਬ ਰੱਖਾ ਜਾਂ ਰੱਬ ਜਾਣੇ।
ਸੋ ਉਹ ਜਾਣੇ ਕਹਿ ਦੋ ਤੇ ਜਾਣ ਦੋ ਕਿਸੇ ਨੂੰ ਬਸ ਸਿੱਧੀ ਜਿਹੜੀ ਗੱਲ ਹੈ ਮੈਂ ਤੇ ਇਹ ਮੰਨਦਾ ਆਈ ਰੀਅਲੀ ਫੀਲ ਕਿ ਹਾਂ ਆਪਾਂ ਜਿਸ ਸੈਂਚੂਰੀ 'ਚ ਬੈਠੇ ਆ ਇੱਥੇ ਆਪਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਐਂਡ ਜੇ ਕਿਸੇ ਨੇ ਤੁਹਾਡਾ ਟਰਸਟ ਤੋੜਿਆ ਹੈ ਤੇ ਜ਼ਰੂਰ ਤੁਹਾਨੂੰ ਉਹਨੂੰ ਕਨਫਰੰਟ ਕਰਨਾ ਚਾਹੀਦਾ ਆਈ ਰੀਅਲੀ ਫੀਲ ਦੈਟ ਕਿਉਂਕਿ ਜੇ ਤੁਸੀਂ ਕਨਫਰੰਟ ਨਹੀਂ ਨਾ ਕਰੋਗੇ ਉਹ ਇੱਕ ਦਾ ਨਹੀਂ 100 ਦਾ ਵੀ ਦਿਲ ਤੋੜ ਸਕਦਾ ਉਹ 100 ਵਾਰ ਤੁਹਾਡਾ ਭਰੋਸਾ ਤੋੜੇਗਾ ਇੱਕ ਵਾਰ ਉਹਨੂੰ ਮਾਫ ਕਰੋਗੇ ਅਗਲੀ ਵਾਰ ਫਿਰ ਤੁਹਾਡਾ ਟਰਸਟ ਤੋੜੇਗਾ ਆਈ ਰੀਅਲੀ ਫੀਲ ਕਿ ਟਰਸਟ ਬਾਰ ਬਾਰ ਤੋੜਨ ਵਾਲੀ ਚੀਜ਼ ਨਹੀਂ ਹੈ ਡੋਂਟ ਗਿਵ ਐਨੀਬਡੀ ਦੈਟ ਸਪੇਸ ਨੰਬਰ 1 ਇੰਨੀ ਤੇ ਪਹਿਲੇ ਸਪੇਸ ਹੀ ਨਾ ਦੋ ਇੰਨਾ ਬਲਾਈਂਡ ਫੇਥ ਕਿਸੇ ਤੇ ਕਰੋ ਹੀ ਨਾ ਐਂਡ ਈਵਨ ਹੁਣ ਜੇ ਤੁਸੀਂ ਕਰ ਲਿਆ ਤੁਸੀਂ ਧੋਖਾ ਖਾ ਵੀ ਲਿਆ ਮੈਂ ਨਹੀਂ ਕਹਿੰਦੀ ਕਿਸੇ ਨੇ ਜਾ ਕੇ ਰਿਵੈਂਜ ਲਓ ਕਿਸੇ ਕੋ ਬਦਲਾ ਲਓ ਜਾਂ ਕਿਸੇ ਨਾਲ ਨਰਾਜ਼ਗੀ ਕਰੋ ਗੁੱਸਾ ਕਰੋ ਨੋ ਬਟ ਉਹਨੂੰ ਦੁਬਾਰਾ ਇਹ ਕੰਮ ਕਰਨ ਦਾ ਮੌਕਾ ਨਾ ਦਿਓ ਕਿਉਂਕਿ ਜੇ ਤੁਸੀਂ ਇਹ ਕਰ ਰਹੇ ਹੋ ਫਿਰ ਸਭ ਤੋਂ ਵੱਡਾ ਮੁੱਦਾ ਕਿਸ ਸਿਚੁਏਸ਼ਨ ਦੇ ਵਿੱਚ ਤੁਸੀਂ ਹੋ ਸਭ ਤੋਂ ਵੱਡਾ ਵਿਲਨ ਹੀ ਤੁਸੀਂ ਹੋ ਕਿਉਂਕਿ ਤੁਸੀਂ ਉਹਨੂੰ ਦੁਬਾਰਾ ਮੌਕਾ ਦੇ ਰਹੇ ਹੋ ਬੇਵਕੂਫੀ ਕਰਨ ਦਾ ਸੋ ਡੂ ਨੋਟ ਡੂ ਦੈਟ ਜੇ ਤੁਹਾਡੇ ਨਾਲ ਇੱਕ ਵਾਰ ਕਿਸੇ ਨੇ ਵੀ ਤੁਹਾਡਾ ਫੇਥ ਬ੍ਰੇਕ ਕੀਤਾ ਹੈ ਤੁਹਾਡਾ ਜਿਹੜਾ ਵਿਸ਼ਵਾਸ ਹੈ ਉਹਨੂੰ ਵਿਸ਼ਵਾਸਘਾਤ ਕੀਤਾ ਸੋ ਡੋਂਟ ਗਿਵ ਦੈਮ ਅ ਚਾਂਸ ਅਗੇਨ ਕਿਉਂਕਿ ਬਾਰ ਬਾਰ ਕਰਨ ਨਾਲ ਜਿਹੜੀ ਤੁਹਾਡੀ ਗਲਤੀ ਹੈ ਨਾ ਗੁਨਾਹ ਬਣ ਜਾਏ ਬਿਲਕੁਲ 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 ਸਹੀ ਕਿਹਾ ਵੈਸੇ ਗੱਲ ਇਹ ਵੀ ਹੈ ਕਿ ਧੋਖਾ ਦੇਣਾ ਪਾਪ ਹੈ ਧੋਖਾ ਖਾਣਾ ਪਾਪ ਨਹੀਂ ਹੈ ਰਿਗਰੈਟ ਨਹੀਂ ਕਰਨਾ ਪਸੰਦ ਕਰਦੀ ਸੋ ਜੇ ਤੁਸੀਂ ਕਿਸੇ ਚੀਜ਼ ਨੂੰ ਐਸਾ ਕੋਈ ਕੰਮ ਕਰ ਰਹੇ ਹੋ ਜਿਹਦਾ ਫਿਊਚਰ ਤੁਸੀਂ ਰਿਗਰੈਟ ਕਰੋਗੇ ਬੈਟਰ ਹੈ ਕਿ ਤੁਸੀਂ ਉਹ ਕੰਮ ਨਾ ਕਰੋ ਬਿਲਕੁਲ ਸਹੀ ਗੱਲ ਹੈ ਆਪਣੀ ਆਤਮਾ ਦੀ ਸੁਣੋ ਆਪਣੀ ਸੋਲ ਦੀ ਸੁਣੋ ਜੋ ਤੁਹਾਡੀ ਆਤਮਾ ਤੁਹਾਨੂੰ ਕਹਿ ਰਹੀ ਨਾ ਕਰਨ ਨੂੰ ਉਹ ਕਰੋ ਜਿਦ ਤੱਕ ਮੈਂ ਵੀ ਇਹਨਾਂ ਦੀ ਗੱਲਾਂ ਸਹਿਮਤ ਹਾਂ ਕਿ ਕੁਝ ਵੀ ਕਰੋ ਆਪਣੀ ਆਤਮਾ ਦਾ ਕਹਿਣਾ ਜ਼ਰੂਰ ਮੰਨੋ ਵੈਸੇ ਜੇ ਧੋਖਾ ਖਾਣ ਦੀ ਗੱਲ ਕਰੀਏ ਨਾ ਤਾਂ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਹਰਟ ਹੁੰਦੀ ਮੇਰੇ ਨਾਲ ਤੁਹਾਡੀ ਆਤਮਾ ਹੁੰਦੀ ਤੁਹਾਡੀ ਸੋਲ ਹੁੰਦੀ ਹੈ ਮੇਰੇ ਨੇ ਇੱਕ ਹੋਰ ਗੱਲ ਯਾਦ ਆ ਗਈ ਮੇਰਾ ਜਿਹੜਾ ਭਰੋਸਾ ਟੁੱਟਿਆ ਸੀ ਉਹ ਵੈਸੇ ਕਹਿੰਦੇ ਵੀ ਬੱਚਿਆਂ ਦੀ ਸਭ ਤੋਂ ਵੱਡੀ ਵਕੀਲ ਉਹਦੀ ਮਾਂ ਹੀ ਹੁੰਦੀ ਅਤੇ ਮੇਰੀ ਮੰਮੀ ਨੇ ਮੇਰਾ ਭਰੋਸਾ ਤੋੜਤਾ ਸੀ ਹੋਇਆ ਵੀ ਮੈਂ ਨਾ ਮੈਨੂੰ ਬੁਖਾਰ ਹੋ ਗਿਆ ਸੀ ਟਾਈਫਾਇਡ ਹੋਇਆ ਸੀ ਸ਼ਾਇਦ ਅਤੇ ਮੈਂ ਨਾ ਟੀਕਾ ਲਵਾਉਣ ਤੋਂ ਬਹੁਤ ਡਰਦਾ ਸੀ ਅਤੇ ਮੰਮੀ ਮੈਨੂੰ ਕਹਿੰਦੇ ਵੀ ਅਭੀ ਤੁਹਾਨੂੰ ਨਾ ਬੁਖਾਰ ਆ ਚੱਲ ਆਪਾਂ ਡਾਕਟਰ ਕੋਲ ਚੱਲਦੇ ਹਾਂ ਹੁਣ ਡਾਕਟਰ ਨੇ ਬੋਡੀ ਲੈਂਗੁਏਜ ਤੋਂ ਸਮਝ ਲੱਗ ਹੀ ਜਾਂਦਾ ਵੀ ਹੁਣ ਮੇਰੇ ਨਾਲ ਹੋਣਾ ਕੀ ਹੈ ਦਵਾਈਆਂ ਦੁਵਾਈਆਂ ਦੇ ਜਿਹੜੇ ਲਿਖਣੇ ਸੀ ਅਤੇ ਉਹ ਜਦੋਂ ਡਾਕਟਰ ਸਾਹਿਬ ਆਪਣਾ ਚਸ਼ਮਾ ਲਾ ਕੇ ਉੱਠਦੇ ਅਤੇ ਜਿਹੜਾ ਪਰਦਾ ਜਿਹਾ ਲੱਗਾ ਹੁੰਦਾ ਉਹਦੇ ਵੱਲ ਜਾਂਦੇ ਅਤੇ ਲੱਗ ਜਾਂਦਾ ਪਤਾ ਵੀ ਨਹੀਂ ਲੱਗਦਾ ਟੀਕਾ ਲੱਗਣ ਲੱਗਾ ਅਤੇ ਮੈਂ ਕਿਹਾ ਨਹੀਂ ਮੰਮੀ ਨਹੀਂ ਮੈਂ ਟੀਕਾ ਨਹੀਂ ਲਵਾਉਣਾ ਮੈਨੂੰ ਨਹੀਂ ਪਲੀਜ਼ ਦਵਾਈ ਖਾ ਲੂੰਗਾ ਟੀਕਾ ਨਹੀਂ ਲਵਾਉਣਾ ਡਾਕਟਰ ਕਹਿੰਦੇ ਬੇਟਾ ਕੁਛ ਨਹੀਂ ਹੋਊਗਾ ਕੋਈ ਗੱਲ ਨਹੀਂ ਕੋਈ ਤਾਂ ਪਤਾ ਵੀ ਨਹੀਂ ਲੱਗੂ ਆ ਜਾ ਲਵਾ ਲਾ ਟੀਕਾ ਲਵਾ ਲਾ ਮੈਂ ਉਦੋਂ ਮੰਮੀ ਨੂੰ ਕਿਹਾ ਮੰਮੀ ਇੱਦਾਂ ਕਰੋ ਚਲੋ ਮੈਂ ਟੀਕਾ ਲਵਾ ਲੂੰਗਾ ਮਨ ਗਿਆ ਰੋ ਕਿਉਂਕਿ ਮੈਂ ਮੰਨ ਗਿਆ ਮੈਨੂੰ ਆਰਟੂਨਸ ਦੇ ਕਲਰ ਹੁੰਦੇ ਸੀ ਉਦੋਂ ਸਕੈਚ ਕਲਰ ਮੈਂ ਡਰਾਇੰਗ ਕਰਨ ਦਾ ਬੜਾ ਸ਼ੌਕੀਨ ਸੀ ਮੈਂ ਕਿਹਾ ਮੈਨੂੰ ਕਲਰਸ ਹੁਣੇ ਲੈ ਕੇ ਦੇਣੇ ਆ ਮੈਂ ਟੀਕਾ ਲਵਾ ਲੂੰਗਾ ਮੈਨੂੰ ਕਲਰਸ ਹੋਣੇ ਚਾਹੀਦੇ ਮੈਂ ਨਾ ਡਰਾਇੰਗ ਕਰੂੰਗਾ ਫਿਰ ਮੰਮੀ ਕਹਿੰਦੇ ਜੋ ਕਰੂੰਗਾ ਮੇਰਾ ਪੁੱਤ ਤੈਨੂੰ ਲਿਆ ਦੂੰਗੀ ਚੱਲ ਤੂੰ ਆ ਜਾ ਮੈਂ ਟੀਕਾ ਲਵਾ ਲਿਆ ਜ਼ੋਰ ਦੀ ਚੀਕਾਂ ਮਾਰੀਆਂ ਇਹ ਕੀਤਾ ਉਹ ਕੀਤਾ ਟੀਕਾ ਲੱਗ ਗਿਆ ਮੈਂ ਘਰੇ ਆਇਆ ਮੈਂ ਰੋਂਦੇ ਕਿਹਾ ਮੇਰੇ ਕਲਰਸ ਨਹੀਂ ਉਹ ਨਹੀਂ ਮਿਲਣੇ ਬੜੇ ਮਹਿੰਗੇ ਆ ਮੈਂ ਕਿਹਾ ਮੰਮੀ ਇੱਦਾਂ ਨਾ ਕਰੋ ਮੈਨੂੰ ਨਹੀਂ ਪਤਾ ਤੁਸੀਂ ਮੇਰਾ ਭਰੋਸਾ ਤੋੜਦੇ ਪਏ ਤੈਨੂੰ ਕਹਿੰਦਾ ਨਹੀਂ ਮਿਲਣੇ ਬੜੇ ਮਹਿੰਗੇ ਆ ਮੈਂ ਘਰ ਸਾਰਾ ਸਿਰ 'ਤੇ ਚੁੱਕ ਲਿਆ ਜਿਹੜੇ ਘਰ ਦੇ ਪਰਦੇ ਮੈਂ ਤੈਂ ਲਾ ਅਤੇ ਬੂਹੇ ਭੰਨਣ ਲੱਗ ਪਿਆ ਉੱਧਰੋਂ ਪਾਪਾ ਆ ਗਏ ਮੰਮੀ ਨੇ ਪਾਪਾ ਨੂੰ ਸਗੋਂ ਕਹਿ ਤਾ ਮੁੰਡਾ ਤੁਹਾਡਾ ਵੇਖ ਲਓ ਇਹ ਹੱਥੋਂ ਬਾਹਰ ਹੁੰਦਾ ਜਾ ਰਿਹਾ ਵਾ ਕੀ ਕਹਿੰਦਾ ਪਿਆ ਕੀ ਨਹੀਂ ਕਹਿੰਦਾ ਪਿਆ ਪਾਪਾ ਨੇ ਨਾ ਇੱਧਰ ਵੇਖਣਾ ਉੱਧਰ ਦੇ ਚਪੇਣਾ ਦੇ ਚਪੇਣਾ ਮੈਂ ਇੰਨਾ ਰੋਇਆ ਨਾ ਉਸ ਦਿਨ ਚਪੇਣਾ ਤਾਂ ਮੈਨੂੰ ਕੋਈ ਨਹੀਂ ਪਰ ਜਿਹੜਾ ਮੇਰਾ ਭਰੋਸਾ ਟੁੱਟਾ ਨਾ ਉਸ ਪੱਖੋਂ ਮੈਂ ਬਹੁਤ ਜ਼ਿਆਦਾ ਰੋਇਆ ਮੈਂ ਕਿਹਾ ਯਾਰ ਇਹਦੇ ਧੱਕਾ ਹੋ ਗਿਆ ਮੈਂ ਭਰੋਸਾ ਨਹੀਂ ਕਰੂੰਗਾ ਮੰਮੀ ਤੁਹਾਡੇ ਦੇ ਅੱਗੇ ਤੋਂ
ਸਹੀ ਗੱਲ ਹੈ, ਚਾਹੇ ਭਰੋਸਾ ਛੋਟੀ ਗੱਲ ਤੇ ਟੁੱਟੇ ਜਾਂ ਵੱਡੀ ਗੱਲ, ਫਿਰ ਬੰਦਾ ਵਾਪਸ ਉਸ ਭਰੋਸਾ ਕਰ ਨਹੀਂ ਪਾਉਂਦਾ। ਸੋ ਮੰਮੀ ਨੇ ਤਾਂ ਚਲੋ ਛੋਟੇ ਹੁੰਦੇ ਇਹ ਇਹੋ ਜਿਹੇ ਚਲ ਮੰਮੀਆਂ ਕਰਦੀਆਂ ਹੀ ਨੇ ਵੀ ਨਹੀਂ ਲੈ ਕੇ ਦੇਣਾ ਇਹ ਵੋ, ਇਹ ਤੇ ਇਟਸ ਅ ਪਾਰਟ ਆਫ ਲਾਈਫ। ਲੇਕਿਨ ਜਦ ਅਸੀਂ ਵੱਡੇ ਹੋ ਜਾਂਦੇ ਫਿਰ ਭਾਵੇਂ ਇੰਨਾ ਦਾ ਵੀ ਹੋਏ ਨਾ ਕਿਸੇ ਦਾ ਮਾੜੀ ਜਿਹੀ ਕੋਈ ਪਿੰਚ ਵੀ ਕਰ ਜਾਏ ਗੱਲ ਤੇ ਉਹ ਤੋਂ ਦਿਲ ਉੱਠ ਜਾਂਦਾ। ਰੀਸੈਂਟਲੀ ਨਾ ਮੇਰੇ ਨਾਲ ਇਦਾਂ ਹੋਇਆ, ਲਾਈਕ ਇਟਸ ਨਾਟ ਅ ਧੋਖਾ ਬਟ ਇਟਸ ਜਸਟ ਅ ਕਾਈਂਡ ਆਫ ਪਿੰਚ ਹੋਈ ਗੱਲ ਤੇ ਉਹ ਧੋਖਾ ਹੀ ਲੱਗਦੀ ਹੈ। ਮੇਰੀ ਨਾ ਇੱਕ ਬਹੁਤ ਵਧੀਆ ਫਰੈਂਡ ਹੈ, ਅਸੀਂ ਦੋਵੇਂ ਹਮੇਸ਼ਾ ਇਕੱਠੇ ਹੀ ਐਵਰੀਥਿੰਗ ਲਾਈਕ ਅਸੀਂ ਸ਼ੋਪਿੰਗ, ਸਕੂਲ, ਕਾਲਜ, ਸਾਰਾ ਕੁਛ ਆਪਾਂ ਇਕੱਠਾ ਕੀਤਾ ਹੈ ਨਾ। ਸੋ ਕੋਸ਼ਿਸ਼ ਰਹਿੰਦੀ ਹੈ ਕਿ ਜੇ ਕਿਤੇ ਵੀ ਬਾਹਰ ਜਾ ਰਹੇ ਹਾਂ, ਕੋਈ ਵੀ ਨਵੀਂ ਚੀਜ਼ ਕਰ ਰਹੇ ਤਾਂ ਇੱਕ ਦੂਸਰੇ ਨੂੰ ਵਿੱਚ ਇਨਵੋਲਵ ਰੱਖੀਏ, ਇੱਕ ਦੂਸਰੇ ਨੂੰ ਨਾਲ ਲੈ ਕੇ ਜਾਈਏ। ਹੁਣ ਉਹਦਾ ਹੋ ਗਿਆ ਵਿਆਹ ਹੈ ਨਾ, ਆਪਣੀ ਪ੍ਰਾਇਓਰਟੀਜ਼ ਬਦਲ ਜਾਂਦੀਆਂ ਨੇ। ਉਹਨੇ ਨਾ ਥੋੜ੍ਹੀ ਜਿਹੀ ਆਪਣੀ ਪ੍ਰਾਇਓਰਟੀ ਚੇਂਜ ਕਰ ਲਈ, ਇਸ ਵਾਰ ਉਹ ਮੈਨੂੰ ਨਹੀਂ ਲੈ ਕੇ ਗਈ, ਆਪਣੀ ਨਨਾਣ ਨੂੰ ਲੈ ਕੇ ਚੱਲ ਗਈ। ਔਰ ਵੀ ਆਰ ਆਫ ਸੇਮ ਏਜ, ਸੋ ਆਪਾਂ ਸਾਰੇ ਇੱਕੋ ਏਜ ਗਰੁੱਪ ਦੇ। ਮੈਨੂੰ ਏਦਾਂ ਲੱਗਾ ਉਹਨੇ ਮੈਨੂੰ ਧੋਖਾ ਦਿੱਤਾ ਹੈ ਕਿ ਤੂੰ ਉਹਨੂੰ ਲੈ ਕੇ ਚੱਲ ਗਈ, ਮੈਂ ਨਹੀਂ, ਮੈਨੂੰ ਭੁੱਲ, ਤੈਨੂੰ ਭੁੱਲ ਗਿਆ ਮੇਰਾ ਪਿਆਰ। ਪਰ ਇਟਸ ਜਸਟ ਕਿ ਉਹਦੀ ਪ੍ਰਾਇਓਰਟੀ ਚੇਂਜ ਹੋ ਗਿਆ ਰਹੇ, ਆਪਾਂ ਫਰੈਂਡਸ ਨੂੰ ਇੰਨਾ ਕੈਰੀ ਨਹੀਂ ਕਰ ਪਾਉਂਦੇ ਅੱਗੇ ਲਾਈਫ 'ਚ। ਪਰ ਹਾਂ, ਆਪਾਂ ਜਿੱਥੇ ਪਿਆਰ ਕਰਦੇ ਉੱਥੇ ਐਕਸਪੈਕਟੇਸ਼ਨ ਕਰਦੇ ਹਾਂ, ਐਕਸਪੈਕਟੇਸ਼ਨ ਨਾਲੋਂ ਜ਼ਿਆਦਾ ਦਿਲ ਕਿਤੇ ਨਹੀਂ ਟੁੱਟਦਾ। ਕੋਸ਼ਿਸ਼ ਕਰੋ ਕਿ ਐਕਸਪੈਕਟ ਨਾ ਹੀ ਕਰੋ, ਉਹ ਜੇ ਮੈਂ ਐਕਸਪੈਕਟ ਨਾ ਕਰਦੀ ਤਾਂ ਇਹ 'ਚ ਕੋਈ ਵੱਡੀ ਗੱਲ ਨਹੀਂ ਹੋਈ ਕਿ ਉਹ ਕਿਸੇ ਹੋਰ ਨਾਲ ਚਲੀ ਗਈ ਹੈ। ਐਕਸਪੈਕਟ ਕੀਤਾ ਸੀ ਤਾਂ ਦਿਲ ਟੁੱਟਾ। ਸੋ ਕੋਸ਼ਿਸ਼ ਕਰੋ ਕਿ ਐਕਸਪੈਕਟੇਸ਼ਨ ਹੀ ਨਾ ਰੱਖੋ। ਆਪਾਂ ਜਦੋਂ ਐਕਸਪੈਕਟੇਸ਼ਨ ਬੰਦ ਕਰ ਦਾਂਗੇ ਡੈਫੀਨੇਟਲੀ ਬਹੁਤ ਹੱਦ ਤੱਕ ਜਿਹੜੀ ਤੁਹਾਡੇ ਹਾਰਟ ਬ੍ਰੇਕਸ ਨੇ, ਫੇਥ ਟੁੱਟਣਾ ਹੈ ਜਿਹਨੂੰ ਅਸੀਂ ਬਹੁਤ ਸਾਰੇ ਵੱਖਰੇ ਵੱਖਰੇ ਨਾਮਾਂ ਤੋਂ ਬੁਲਾਉਂਦੇ ਹਾਂ, ਵਿਸ਼ਵਾਸਘਾਤ, ਇਹ ਸਾਰਾ ਕੁਝ ਹੋਣਾ ਬੰਦ ਹੋ ਜਾਏਗਾ। ਇਹਦਾ ਬੇਸਿਕ ਰੀਜ਼ਨ ਹੈ ਐਕਸਪੈਕਟੇਸ਼ਨ। ਸੋ ਐਕਸਪੈਕਟੇਸ਼ਨ ਨੂੰ ਕ੍ਰੋਸ ਕਰੋ। ਵਾਓ, ਵੈਸੇ ਵੇਖਿਆ ਜਾਵੇ ਇਨਸਾਨ ਹੈ, ਹਿਊਮਨ ਨੇਚਰ, ਐਕਸਪੈਕਟੇਸ਼ਨ ਸਾਰਿਆਂ ਦੀ ਹੁੰਦੀਆਂ ਨੇ, ਅਸੀਂ ਇਹਨਾਂ 'ਤੇ ਕਾਬੂ ਤਾਂ ਨਹੀਂ ਪਾ ਸਕਦੇ, ਪਰ ਫਿਰ ਵੀ ਜਿੱਥੋਂ ਤੱਕ ਹੋ ਸਕੇ ਜਿਹੜੇ ਆਪਣੇ ਮਨ ਦੇ ਚਾਅ ਆ ਨਾ ਉਹ ਥੋੜ੍ਹੇ ਘੱਟ ਕਰ ਦਿਉ। ਬੱਚਨ ਸਾਹਿਬ, ਤੁਸੀਂ ਨਾਮ ਸੁਣਿਆ ਕਿ ਅਮਿਤਾਭ ਬੱਚਨ ਸਾਹਿਬ, ਉਹਨਾਂ ਦੇ ਫਾਦਰ ਸਾਹਿਬ ਹਰੀਵੰਸ਼ ਰਾਏ ਬੱਚਨ, ਉਹਨਾਂ ਦੀ ਬੜੀ ਸੋਹਣੀ ਗੱਲ ਮੈਨੂੰ ਯਾਦ ਆਈ ਕਿ ਮਨ ਕੀ ਹੋ ਤੋ ਅੱਛਾ, ਨਾ ਹੋ ਤੋ ਔਰ ਅੱਛਾ। ਬਹੁਤ ਅੱਛੀ ਗੱਲ ਹੈ। ਔਰ ਇਹਦੇ ਨਾਲ ਹੀ ਮੈਂ ਐਡ ਆਨ ਕਰਨਾ ਚਾਹੂੰਗੀ ਕਿ ਜਦੋਂ ਵੀ ਕਿਸੇ ਸਰਕਮਸਟੈਂਸਸ ਵਿੱਚ ਤੁਹਾਡੀ ਮਰਜ਼ੀ ਦਾ ਨਹੀਂ ਹੋ ਰਿਹਾ, ਦੈਟ ਮੀਨਸ ਗੋਡ ਹੈਜ਼ ਸਮ ਬਿਗਰ ਐਂਡ ਬੈਟਰ ਪਲਾਨਸ ਫॉर ਯੂ। ਯੈਸ, ਡੈਫੀਨੇਟਲੀ ਯੂ ਵਿਲ ਗੈਟ ਬੈਟਰ। ਜੇ ਤੁਸੀਂ ਇੱਕ ਸਿਚੁਏਸ਼ਨ, ਹਾਲ ਹੀ ਦੇ ਵਿੱਚ ਮੈਂ ਕਪਿਲ ਸ਼ਰਮਾ ਦੀ ਇੱਕ ਇੰਟਰਵਿਊ ਦੇਖ ਰਹੀ ਸੀ, ਔਰ ਕਪਿਲ ਸ਼ਰਮਾ ਐਜ਼ ਯੂ ਆਲ ਨੋ ਕਿ ਕਾਫੀ ਵਿੱਚ ਸਾਲ ਡੇਢ ਸਾਲ ਉਹਨਾਂ ਲਈ ਬੜਾ ਯੂ ਨੋ ਇੱਕ ਡਾਊਨਫਾਲ ਸੀਗਾ, ਇੱਕ ਬਹੁਤ ਗੰਦਾ ਫੇਸ ਸੀਗਾ ਉਹਨਾਂ ਦੀ ਲਾਈਫ ਦਾ। ਹੀ ਸੈਡ, ਕਪਿਲ ਸ਼ਰਮਾ ਸੈਡ ਕਿ ਜਦ ਮੈਂ ਉਸ ਸਿਚੁਏਸ਼ਨ ਦੇ ਵਿੱਚ ਸੀਗਾ, ਲਾਈਕ ਉਹ ਸਾਲ ਡੇਢ ਸਾਲ, ਮੈਂ ਰੋਜ਼ ਫਿਰ ਉੱਠ ਕੇ ਇਹ ਸੋਚਦਾ ਸੀਗਾ ਕਿ ਰੱਬ ਮੈਨੂੰ ਇੱਦਾਂ ਕਿਉਂ ਕਰ ਰਿਹਾ, ਰੱਬ ਕਿਉਂ ਮੇਰੇ ਨਾਲ ਇੱਦਾਂ ਕਰ ਰਿਹਾ, ਮੈਂ ਇੰਨਾ ਕੁਛ ਕਮਾ ਲਿਆ ਲਾਈਫ 'ਚ, ਇੰਨਾ ਪੈਸਾ, ਇੰਨੀ ਫੇਮ, ਇੰਨਾ ਨਾਮ, ਇੰਨੀ ਸ਼ੋਹਰਤ, ਐਂਡ ਸਡਨਲੀ ਮੈਨੂੰ ਇੱਦਾਂ ਕਿਉਂ ਕਰ ਰਿਹਾ ਰੱਬ। ਬਟ ਹੀ ਸੈਡ ਕਿ ਹੁਣ ਕਿਉਂਕਿ ਮੈਂ ਉਸ ਫੇਸ 'ਚੋਂ ਇੱਕ ਫਿਰ ਤੋਂ ਬਾਹਰ ਆ ਗਿਆ, ਫਿਰ ਮੈਂ ਸ਼ੋਅ ਚਲਾਇਆ, ਫਿਰ ਸ਼ੋਅ ਚੱਲ ਗਿਆ, ਹੁਣ ਮੈਨੂੰ ਪਤਾ ਲੱਗ ਰਿਹਾ ਕਿ ਮੈਂ ਉਸ ਫੇਸ ਤੋਂ ਬਾਅਦ ਇੱਕ ਬੈਟਰ ਪਰਸਨ ਬਣ ਕੇ ਨਿਕਲਿਆ ਵਾਂ। ਹੁਣ ਮੈਨੂੰ ਚੀਜ਼ਾਂ ਦੀ ਸਮਝ ਪਹਿਲੇ ਨਾਲੋਂ 10 ਗੁਣਾ ਜ਼ਿਆਦਾ ਹੈ। ਉਸ ਵੇਲੇ ਮੈਂ ਬਹੁਤ ਪਰੇਸ਼ਾਨ ਸੀ ਕਿ ਹਾਏ ਮੇਰੇ ਨਾਲ ਕੀ ਹੋ ਰਿਹਾ, ਹਾਏ ਮੇਰੇ ਨਾਲ ਕਿਉਂ ਹੋ ਰਿਹਾ, ਕਿਉਂ ਮੇਰੇ ਨਾਲ ਸਾਰੇ ਇੱਦਾਂ ਕਰ ਰਹੇ ਨੇ, ਸੁਨੀਲ ਗਰੋਵਰ ਨੇ ਕਿਉਂ ਮੇਰਾ ਦਿਲ ਯੂ ਨੋ ਇੱਦਾਂ, ਮੇਰੇ ਨਾਲ ਮੇਰੇ ਐਲੀਗੇਸ਼ਨਸ ਲੱਗ ਗਏ, ਦੁਨੀਆ ਨੇ ਪਤਾ ਨਹੀਂ ਕੀ ਕੁਛ ਲਿਖਤਾ, ਹਰ ਕਿਸੇ ਨੇ ਕਪਿਲ ਸ਼ਰਮਾ ਨੂੰ ਐਲਕੋਹਲ ਲਈ ਔਰ ਪਤਾ ਨਹੀਂ ਕੀ ਕੁਛ ਕਹਿਣਾ ਸ਼ੁਰੂ ਕਰਤਾ। ਸੋ ਹੀ ਸੈਡ ਕਿ ਆਪਾਂ ਉਸ ਵੇਲੇ ਜਦੋਂ ਆਪਾਂ ਹੁੰਦੇ ਹਾਂ ਉਸ ਫੇਸ, ਉਦੋਂ ਤਾਂ ਬੜਾ ਬੁਰਾ ਲੱਗਦਾ, ਹਰ ਦਿਨ ਜ਼ਹਿਰ ਵਾਂਗੂ ਲੱਗਦਾ, ਕੱਟਣ ਨੂੰ ਦੌੜਦੇ ਨੇ ਦਿਨ। ਲੇਕਿਨ ਜਦ ਤੁਸੀਂ ਉਸ ਫੇਸ ਤੋਂ ਬਾਹਰ ਆ ਜਾਂਦੇ ਹੋ, ਯੂ ਆਰ ਅ ਬੈਟਰ ਪਰਸਨ, ਸੋ ਦੈਟ ਇਜ਼ ਵਾਟ ਯੂ ਵਾਂਟ। ਆਪਾਂ ਸਾਰਿਆਂ ਨੇ ਲਾਈਫ ਦੇ ਵਿੱਚ ਐਸੇ ਦਿਨ ਦੇਖੇ ਹੋਣਗੇ ਜਿੱਥੇ ਕਿਸੇ ਨੇ ਤੁਹਾਡਾ ਹਾਰਟ ਬ੍ਰੇਕ ਕੀਤਾ ਹੋਏਗਾ, ਕਿਸੇ ਨੇ ਤੁਹਾਡੀ ਗੱਲ ਨਹੀਂ ਮੰਨੀ, ਕਿਸੇ ਨੇ ਤੁਹਾਡਾ ਦਿਲ ਟੁੱਟ ਗਿਆ ਹੋਗਾ, ਜਾਂ ਫਿਰ ਯੂ ਨੋ ਜਸਟ ਰੈਂਡਮ ਫੇਥ ਤੁਹਾਡਾ ਨਹੀਂ ਕਿਸੇ ਤੇ ਬਣ ਰਿਹਾ, ਜਾਂ ਤੁਸੀਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਬਾਰ 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 ਤੁਹਾਡਾ ਦਿਲ ਤੋੜ ਰਿਹਾ। ਸੋ ਉਦੋਂ ਹਮੇਸ਼ਾ ਇਹ ਸੋਚੋ ਕਿ God wants me to have a better person. Yes. ਇਹ ਮੈਨੂੰ ਡਿਜ਼ਰਵ ਨਹੀਂ ਕਰਦਾ, ਇਸ ਕਰਕੇ ਇਦਾਂ ਕਰ ਰਿਹਾ, ਕਿਉਂਕਿ ਜੇ ਉਹ ਤੁਹਾਨੂੰ ਡਿਜ਼ਰਵ ਕਰੇਗਾ ਤਾਂ ਤੁਹਾਡੇ ਨਾਲ ਇਦਾਂ ਕਦੀ ਨਹੀਂ ਕਰੇਗਾ। ਸੋ ਯੂ ਆਰ ਅ ਬੈਟਰ ਪਰਸਨ, ਯੂ ਆਰ ਡੈਫੀਨੇਟਲੀ ਗੋਇੰਗ ਟੂ ਬੀ ਐਟ ਅ ਬੈਟਰ ਪਲੇਸ। ਉਹ ਹੀ ਔਰ ਸ਼ੀ ਇਜ਼ ਰਿਸਪੋਨਸੀਬਲ ਫਾਰ ਵਾਟ ਐਵਰ ਹੀ ਔਰ ਸ਼ੀ ਇਜ਼ ਡੂਇੰਗ, ਐਂਡ ਡੈਫੀਨੇਟਲੀ ਹੀ ਡਜ਼ ਨਾਟ ਡਿਜ਼ਰਵ ਯੂ।
ਵਾਓ ਮੈਮ ਨੇ ਹੀ ਸ਼ੀ ਦੀ ਜਿਹੜੀ ਐਗਜ਼ਾਮਪਲ ਦਿੱਤੀਆਂ ਨੇ, ਮੈਨੂੰ ਲੱਗਦਾ ਕੋਈ ਯੂਥ ਦੇ ਬਾਰੇ ਕੁਝ ਕਹਿਣਾ ਚਾਹ ਰਹੇ ਸੀ ਮੈਡਮ ਹੈ ਨਾ? ਨਹੀਂ ਨਹੀਂ ਏਦਾਂ ਦੇ ਕੁਝ ਨਹੀਂ, ਮੈਂ ਸਾਰਿਆਂ ਨੂੰ ਹੀ ਕਹਿੰਦਾ। ਅੱਛਾ ਤੁਹਾਡੀ ਗੱਲ ਤੋਂ ਕਪਿਲ ਸ਼ਰਮਾ ਤੋਂ ਮੈਨੂੰ ਨਾ ਯੁਵਰਾਜ ਸਿੰਘ ਯਾਦ ਆਇਆ। ਯੁਵਰਾਜ ਸਿੰਘ ਇੱਕ ਸਪੋਰਟਸਮੈਨ ਹੈ, ਤੁਹਾਨੂੰ ਪਤਾ ਹੀ ਕ੍ਰਿਕਟ ਦਾ ਪਲੇਅਰ ਹੈ। ਉਹਦੇ ਨਾਲ ਹੀ ਇੱਕ ਟਾਈਮ 'ਤੇ ਇੱਦਾਂ ਹੀ ਹੋ ਗਿਆ ਕਿ ਜਦੋਂ ਉਹਨੂੰ ਕੈਂਸਰ ਹੋ ਗਿਆ ਸੀ ਅਤੇ ਉਹਨੂੰ ਇੱਕ ਜਰਨਲਿਸਟ ਨੇ ਪੁੱਛਿਆ ਕਿ ਸਰ ਤੁਸੀਂ ਕਦੀ ਰੱਬ ਨੂੰ ਸਵਾਲ ਨਹੀਂ ਕੀਤਾ ਕਿ ਹੇ ਰੱਬਾ ਮੇਰੇ ਨਾਲ ਹੀ ਕਿਉਂ? ਅਤੇ ਯੁਵਰਾਜ ਨੇ ਅੱਗੋਂ ਜਵਾਬ ਦਿੱਤਾ, ਬਹੁਤ ਹੀ ਵਧੀਆ ਜਵਾਬ, ਕਹਿੰਦਾ ਮੈਂ ਰੱਬ ਨੂੰ ਕਦੀ ਇਹ ਵੀ ਨਹੀਂ ਪੁੱਛਿਆ ਜਦੋਂ ਮੈਂ 6 ਛੱਕੇ ਮਾਰੇ ਕਿ ਮੇਰੇ ਨਾਲ ਹੀ ਕਿਉਂ, ਹੈ ਨਾ? ਸੋ ਟਰੱਸਟ ਦੀ ਜੇ ਮੈਂ ਜਿੱਦਾਂ ਗੱਲ ਕੀਤੀ, ਮੈਮ ਨੇ ਵੀ ਬੜੀ ਵਧੀਆ ਗੱਲ ਕੀਤੀ, ਪਲੀਜ਼ ਜਿਹੜਾ ਟਰੱਸਟ ਹੈ ਨਾ ਲੋਕਾਂ ਨੂੰ ਛੱਡ ਕੇ ਤੁਸੀਂ ਰੱਬ 'ਤੇ ਕਰੋ, ਬਹੁਤ ਅੱਗੇ ਜਾਓਗੇ। ਰਾਈਟ, ਬਿਲਕੁਲ ਸਹੀ। ਉਸ ਮਾਈ ਮਮਾ ਆਲਵੇਸ ਟੈਲਸ ਮੀ ਦੈਟ ਇਸ ਦੁਨੀਆ ਦੇ ਵਿੱਚ ਹੋਰ ਕੋਈ ਤੁਹਾਡੇ ਨਾਲ ਚੱਲੇ ਨਾ ਚੱਲੇ, ਗੋਡ ਇਜ਼ ਆਲਵੇਸ ਗੋਇੰਗ ਟੂ ਬੀ ਵਿਦ ਯੂ। ਔਰ ਗੋਡ ਕਿਤੇ ਬਾਹਰ ਨਹੀਂ ਹੈ, ਕਿਸੇ ਵੀ ਜਗ੍ਹਾ 'ਤੇ ਤੁਹਾਨੂੰ ਬਾਹਰ ਨਹੀਂ ਲੱਭੇਗਾ, ਉਹ ਤੁਹਾਡੇ ਅੰਦਰ ਹੈ। ਆਪਣੀ ਆਤਮਾ ਦੀ ਗੱਲ ਸੁਣੋ, ਜੋ ਤੁਹਾਡਾ ਦਿਲ ਕਹਿ ਰਿਹਾ ਉਹਨੂੰ ਫੋਲੋ ਕਰਨ ਦੀ ਗਟਸ ਰੱਖੋ। ਅਸੀਂ ਸਾਰੇ ਸੁਣਦੇ ਰਹੇ ਹਾਂ ਕਿ ਸਾਡੇ ਦਿਲ ਕੀ ਕਹਿ ਰਿਹਾ, ਪਰ ਸ਼ਾਇਦ ਉਹਨੂੰ ਫੋਲੋ ਨਹੀਂ ਕਰਦੇ। ਆਪਣੇ ਦਿਲ ਦੇ ਅੰਦਰ ਜੋ ਹੈ ਉਹਨੂੰ ਫੋਲੋ ਕਰਨ ਦੀ ਗਟਸ ਰੱਖੋ, ਡੈਫੀਨੇਟਲੀ ਉਹੀ ਤੁਹਾਡਾ ਰੱਬ ਹੈ। ਕਿਉਂਕਿ ਜਦੋਂ ਤੁਸੀਂ ਆਪਣੀ ਜਗ੍ਹਾ 'ਤੇ ਸਹੀ ਕਰ ਰਹੇ ਹੋ, ਰੱਬ ਸੱਚਾਈ 'ਚ, ਰੱਬ ਸਹੀ 'ਚ, ਸੋ ਉਹ ਜਦੋਂ ਤੁਸੀਂ ਕਰ ਰਹੇ ਹੋ ਹੀ ਵਿਲ ਆਲਵੇਜ਼ ਗਾਈਡ ਯੂ, ਹਮੇਸ਼ਾ ਤੁਹਾਡੇ ਨਾਲ ਚੱਲਣਗੇ। ਔਰ ਜਿਹੜਾ ਤੁਹਾਡਾ ਟਰੱਸਟ, ਫੇਥ, ਐਕਸਪੈਕਟੇਸ਼ਨ, ਇਹ ਸਾਰਾ ਕੁਝ ਪ੍ਰੋਬਲਮ, ਜਿਹੜਾ ਪੂਰਾ ਮਸਲਾ ਹੈ ਮਾਜਰਾ, ਆਪਣੇ ਆਪ ਸੋਲਵ ਆਊਟ ਹੋ ਜਾਏਗਾ। ਯੈਸ। ਸੋ ਗਾਈਜ਼, ਅੱਜ ਦਿਲ ਦੀਆਂ ਗੱਲਾਂ ਦੇ ਵਿੱਚ ਅਸੀਂ ਟਰੱਸਟ ਦੇ ਉੱਪਰ ਗੱਲ ਕੀਤੀ ਹੈ, ਧੋਖੇਬਾਜ਼ਾਂ ਦੀ ਗੱਲ ਕੀਤੀ ਹੈ। ਜੇ ਐਸੇ ਕਿਸੇ ਧੋਖੇਬਾਜ਼ ਨੂੰ ਜਾਣਦੇ ਤਾਂ ਉਹਨੂੰ ਵੀ ਟੈਗ ਕਰ ਦਿਓ ਕਮੈਂਟ ਵਿੱਚ, ਜਾਂ ਫਿਰ ਕਿਸੇ ਐਸੇ ਫੇਥਫੁਲ ਇਨਸਾਨ ਨੂੰ ਜਾਣਦੇ ਹੋ ਜਿਹਨਾਂ ਦੇ ਉੱਪਰ ਤੁਹਾਨੂੰ ਬਹੁਤ ਸਾਰਾ ਫੇਥ ਹੈ, ਜੋ ਹਮੇਸ਼ਾ ਤੁਹਾਡੇ ਬੁਰੇ ਚੰਗੇ ਟਾਈਮ ਦੇ ਵਿੱਚ ਤੁਹਾਡਾ ਸਾਥ ਦਿੰਦੇ ਨੇ। ਐਸੇ ਲੋਕਾਂ ਨੂੰ ਕਦੀ ਨਾ ਭੁੱਲੋ ਅਤੇ ਉਹਨਾਂ ਨੂੰ ਟੈਗ ਵੀ ਕਰੋ, ਉਹਨਾਂ ਨੂੰ ਥੈਂਕ ਯੂ ਵੀ ਕਹਿ ਦਿਆ ਕਰੋ, ਕਿਉਂਕਿ ਉਹਨਾਂ ਨੂੰ ਥੈਂਕ ਯੂ ਕਹਿਣ ਦੇ ਨਾਲ ਉਹਨਾਂ ਨੂੰ ਵਧੀਆ ਲੱਗੇਗਾ, ਉਹ ਇਸੇ ਤਰ੍ਹਾਂ ਤੁਹਾਡੇ ਨਾਲ ਜ਼ਿੰਦਗੀ ਦੇ ਵਿੱਚ ਅੱਗੇ ਵੱਧਦੇ ਰਹਿਣਗੇ। ਫਿਲਹਾਲ ਅੱਜ ਦੇ ਲਈ ਇੰਨਾ ਹੀ, ਕੱਲ੍ਹ ਨੂੰ ਲੈ ਕੇ ਹਾਜ਼ਰ ਹੋਵਾਂਗੇ ਹੋਰ ਵੀ ਬਹੁਤ ਸਾਰੀਆਂ ਦਿਲ ਦੀਆਂ ਗੱਲਾਂ। ਫਿਲਹਾਲ ਮੈਨੂੰ ਯਾਨੀ ਸਾਰਿਆਂ ਨੂੰ, ਤੋਂ ਮੇਰੇ ਨਾਲ ਅਭਿਸ਼ੇਕ ਨੂੰ ਇੱਥੇ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।